ਬੀਤੀ ਕੱਲ ਤੋਂ ਸੁਨਾਮ ਵਿਖੇ ਖੇਡਦੇ ਹੋਏ ਬੋਰ ਚ ਡਿੱਗੇ 2 ਸਾਲ ਫਤਿਹਵੀਰ ਸਿੰਘ ਨੂੰ ਬਚਾਉਣ ਲਈ ਵੱਖ ਵੱਖ ਸਰਕਾਰੀ ਟੀਮਾਂ ਅਤੇ ਆਮ ਲੋਕਾਂ ਵੱਲੋਂ ਭਾਰੀ ਜੱਦੋਜਹਿਦ ਕੀਤੀ ਜਾ ਰਹੀ ਹੈ। ਤੁਸੀਂ ਖੁਦ ਹੀ ਦੇਖ ਸਕਦੇ ਹੋ ਕਿਸ ਤਰ੍ਹਾਂ ਫਤਿਹਵੀਰ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਸਾਰੇ ਜੱਦੋਜਹਿਦ ਕਰ ਰਹੇ ਨੇ। ਕੱਲੀ ਬੇਟਾ ਸੀਗਾ, ਇੱਕ ਭੈਣ ਤੀ, ਇੱਕ ਭਾਈ ਤੀ, ਦੋਨੇ। ਇਹ ਬੱਚਾ ਕੱਲਾ ਸੀਗਾ, 5-6 ਸਾਲ ਲਾ ਵੱਧ ਲਿੱਤਾ ਤੂੰ। ਨਾ ਜੀ ਦੱਸੀ ਜਾਂਦੇ ਨੇ ਬੱਚਾ ਠੀਕ ਹੈ, ਬੱਚਾ ਹਿਲਦਾ ਹੈਗਾ ਠੀਕ ਹੈ, ਦੱਸੀ ਜਾਂਦੇ ਨੇ। ਹਾਂ ਰੱਸੀ ਵੀ ਲਮਕਾਈ, ਉਹ ਵੀ ਫੜੀ। ਵੀ ਇੰਨੇ ਹਾਲਾਤਾਂ 'ਚ ਵੀ ਬੱਚਾ ਜਿਹੜਾ ਹੈ ਜਿੰਦਾ ਰਹਿ ਸਕਦਾ। ਸੋ ਇਹਦੇ 'ਚ ਆਪਾਂ ਹੋਪ ਨੂੰ ਕਿਸੇ ਵੇਲੇ ਵੀ ਡਿਨਾਈ ਨਹੀਂ ਕਰ ਸਕਦੇ। ਇਸੇ ਕਰਕੇ ਜਿਹੜੀਆਂ ਪਹਿਲਾਂ ਆਪਣਾ ਜਿਹੜਾ ਓਪਰੇਸ਼ਨ ਸੀ, ਜੇ ਕਿਤੇ ਉਹ ਕਾਮਯਾਬ ਹੋ ਜਾਂਦਾ ਉਹਦੇ ਨਾਲ ਜ਼ਿਆਦਾ ਚਾਂਸਿਸ ਸਾਡੇ ਹੋ ਸਕਦੇ ਸੀ। ਪਰ ਕਿਉਂਕਿ ਉਹ ਬੋਰੀ 'ਚ ਫਸੇ ਹੋਏ ਹੋਣ ਕਰਕੇ ਉਹ ਅੱਗੇ ਤੱਕ ਉਹਦਾ ਜਿਹੜਾ ਡਾਇਮੀਟਰ ਸੀ ਘੱਟ ਸੀ, ਉਹ ਨਹੀਂ ਨਿਕਲ ਸਕਿਆ। ਪਰ ਸਾਡੀਆਂ ਡਾਕਟਰੀ ਟੀਮਾਂ ਜਿਹੜੀਆਂ ਨੇ ਇੱਥੇ ਤੈਨਾਤ ਨੇ ਦਿਨ ਰਾਤ, ਔਰ ਅੱਗੇ ਦੇ ਵੀ ਜਿੱਥੇ ਅਸੀਂ ਇਹ ਲੈ ਕੇ ਜਾਣਾ ਇਹਨਾਂ ਨੂੰ ਕਲੀਅਰ ਕੱਟ ਡਾਇਰੈਕਸ਼ਨ ਦਿੱਤੀਆਂ ਹੋਈਆਂ ਨੇ। ਹਰ ਤਰ੍ਹਾਂ ਦੇ ਪ੍ਰਬੰਧ ਅਸੀਂ ਕੀਤੇ ਹੋਏ ਨੇ। ਜੇ ਸਾਨੂੰ ਸੰਗਰੂਰ ਸਿਵਲ ਹਸਪਤਾਲ 'ਚ ਲਿਜਾਣਾ ਪੈਂਦਾ ਜਾਂ ਇੱਕ ਸੰਗਰੂਰ ਦੇ ਅਸੀਂ ਪ੍ਰਾਈਵੇਟ ਜਿਹੜਾ ਕਲੀਨਿਕ ਹੈ ਜਿੱਥੇ ਵੈਂਟੀਲੇਟਰ ਦੀ ਸੁਵਿਧਾ ਮੌਜੂਦ ਹੈ, ਉਸ ਨੂੰ ਵੀ ਅਸੀਂ ਡਾਇਰੈਕਸ਼ਨ ਦੇ ਦਿੱਤੀ ਹੋਈ ਹੈ ਵੀ ਜੇ ਲੋੜ ਪਈ ਤੁਹਾਡੇ ਕੋਲ ਰਜਿੰਦਰਾ ਹਸਪਤਾਲ ਵੀ ਅਸੀਂ ਟੈਲੀਫੋਨ ਕਰਕੇ ਉਹਨਾਂ ਨੂੰ ਅਰੇਂਜਮੈਂਟ ਕਰਨ ਲਈ।